हर एक आर्टिस्ट का टाइम हुंदा है, एक हाइप हुंदी है, ज़्यादा लोग ये मानते हैं, है ना। बट कई बार असं देखते हैं कि हर एक आर्टिस्ट नू बहुत टाइम तक लोग पसंद करते और उन्होंने गीतों नू हमेशा जो है प्यार देंगे ने। सिंगा दे लई असं बिच बिच इदा सुनते हैं कि नहीं हुण सिंगा नू कुछ होर लैके आना चाहिए, कम बैक करना चाहिए। जो कम बैक वर्गा वर्ड सिंगा सुनते हैं अपने गीतों के लिए या अपने लिए, उस वेले सिंगा की फील करते हैं या की थॉट्स उस वेले आते हैं? कोई थॉट भी नहीं होता कि मैं वो की सोचूंगा कि यार मेहनत आ तो करते ही है ना। जिदन असी आए से उदन कि किसी सू धक्का लाया से, उदन भी परमात्मा ने हाथ फड़ के तुरया से, अगे भी बस उ तोरन वाला इस कम बैक वाली तो कोई गल ही नहीं हैगी, कि गए थोड़ी इतें ही हाँ। तो हाँ होर रझेवें बहुत बच जाते हैं बंदे के, जो हो जाता होर सिर दर्द बहुत हो जाते हैं कि यदा भी कम करना, वह भी आ जी आ भी आ होर चीज़ा च बहुत हो, फिल्मों च किनिया चीज़ों च इनवॉल्व हो जाता बंदा ना। इदा तो कोई चक्कर नहीं है, मैं तो इतें ही नहीं, मैं हले तो नहीं जाता कितने। हमेशा हर एक आर्टिस्ट जो है एक्सप्लोर करता है नवी चीज़। तुसी भी कहा कि मैं हजे सीख रहा, तुसी एक्टिंग दे विच कह रहे हो कि मैं हजे सीख रहा। मैं हर चीज़ सीख रहा, दुनिया च रहना, दुनिया के रंग ढंग रोज़ सीखदा मैं। हर बंदा कोई ना कोई सिखा जाता, बच्चा भी सिखा जाता। तो वैसे जे देखा जाए इन प्रोफेशन मैं अपनी एक्टिंग क्लासेस लगाना वा, मार्शल आर्ट्स हो गए, किक बॉक्सिंग हो गई, हॉर्स राइडिंग हो गई, जिहड़ियां बंदे नूं आम आउणियां चाहीदियां वह मैं सीखदा आ। मैनूं लगदा कि एक परफेक्ट मैन दे विच सारियां चीज़ां होणियां चाहीदियां। सो कि मार्शल आर्ट्स वगैरह असीं तुहाडी किसी फिल्म दे विच देखांगे, तुहाडे करतब? करतब एक मूवी साइन कीती आ मैं, उहदे च 100 साल पहलां दी कहानी आ। ओके। ते उहदे च हॉर्स राइडिंग भी आ, उहदे च स्पॉट प्लेइंग भी आ, सो काफ़ी चीज़ां ने ਉਹਦੇ ਵਾਸਤੇ। ਸੋ ਇਹ ਚੀਜ਼ਾਂ ਉਹਨਾਂ ਉਸ ਪ੍ਰੋਜੈਕਟ ਲਈ ਸਿੱਖ ਰਹੇ ਹੋ ਜਾਂ ਆਪਣੇ, ਤੁਸੀਂ ਪਹਿਲੇ ਤੋਂ ਸੀਗਾ ਕਿ ਮੈਂ ਸਿੱਖਣਾ ਹੈ ਅਤੇ ਬਾਅਦ ਵਿੱਚ ਇਹ ਪ੍ਰੋਜੈਕਟ ਆਇਆ ਸੀ? ਨਹੀਂ ਚੱਕਰ ਪਤਾ ਕੀ ਪਿਆ, ਮੈਂ ਲੱਗਾ ਤਾਂ ਮੂਵੀ ਦੇ ਲਈ ਸੀਗਾ ਕਿਉਂਕਿ ਮੈਨੂੰ ਮੂਵੀ ਦੀ ਡਿਮਾਂਡ ਸੀ, ਉਹਦੇ ਲਈ ਸਿੱਖਣ ਲੱਗਾ ਸੀ, ਪਰ ਮੈਨੂੰ ਸਵਾਦ ਆਉਣ ਲੱਗ ਪਿਆ। ਫਿਰ ਮੈਨੂੰ ਇੱਦਾਂ ਲੱਗਾ ਕਿ ਮੂਵੀ ਦਾ ਪਤਾ ਨਹੀਂ ਕਿੱਦਾਂ ਹੋਊਗਾ ਜਾਂ ਅੱਗੇ, ਮੈਨੂੰ ਨਹੀਂ ਪਤਾ ਜੋ ਵੀ ਹੁੰਦਾ ਜ਼ਿੰਦਗੀ ਦੇ ਵਿੱਚ, ਚਲੋ ਮੂਵੀ ਦਾ ਵੀ ਇੱਕ ਪਾਰਟ ਹੈ ਉਹ ਵੀ ਹੋਜੂਗਾ, ਬਟ ਮੈਨੂੰ ਇੱਦਾਂ ਲੱਗਦਾ ਕਿ ਮੈਨੂੰ ਰੋਜ਼ ਹੀ ਹੁਣ ਆਪਣੀ ਜ਼ਿੰਦਗੀ 'ਚ ਢਾਲ ਮੈਂ ਇਹਨੂੰ ਤਾਂ ਵਧੀਆ ਗੱਲ ਆ। ਮੈਨੂੰ ਸਵਾਦ ਨਹੀਂ ਆਉਣਾ ਪੈਂਦਾ ਹੁੰਦਾ, ਜਿੱਦਾਂ ਕਹਿੰਦੇ ਨੇ ਜਦੋਂ ਸਟੇਜ ਬੰਦਾ ਲਾਈਵ ਲਾਉਂਦਾ, ਇੱਕ ਸਟੇਜ ਲਾਉਂਦਾ, ਦੂਜੀ ਲਾਉਂਦਾ, ਫਿਰ ਤੀਜੀ ਲਾਉਂਦਾ, ਫਿਰ ਬੰਦੇ ਨੂੰ ਸਵਾਦ ਆਉਣ ਲੱਗ ਪੈਂਦਾ ਜਦੋਂ ਸਿੱਖ ਜਾਂਦਾ ਬੰਦਾ ਕਿ ਹਾਂ ਯਾਰ, ਹੈ ਨਾ, ਕਲਿੱਕ 'ਤੇ ਬੀਟ 'ਤੇ ਗਾਉਣ ਦਾ ਅਤੇ ਮਿਊਜ਼ਿਕ ਕਰਨ ਦਾ, ਐਕਟਿੰਗ ਕਰਨ ਦਾ, ਜਦੋਂ ਬੰਦੇ ਨੂੰ ਆਪਣੇ ਕੰਮ 'ਚੋਂ ਸਵਾਦ ਆਉਣ ਲੱਗ ਪਵੇ, ਉਹੀ ਚੀਜ਼ ਆ ਮੈਨੂੰ ਇਹਨਾਂ ਚੀਜ਼ਾਂ ਨੂੰ ਕਰਕੇ ਮੈਨੂੰ ਬੜਾ ਸਵਾਦ ਆਉਂਦਾ। ਤੁਹਾਨੂੰ ਐਜ਼ ਅ ਸਿੰਗਰ ਤਾਂ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਐਕਸੈਪਟ ਕੀਤਾ ਹੋਇਆ, ਬਹੁਤ ਪਿਆਰ ਦਿੰਦੇ ਆ। ਐਜ਼ ਅਨ ਐਕਟਰ ਵੀ ਉਸੇ ਤਰੀਕੇ ਨਾਲ, ਜਦੋਂ ਤੁਹਾਡੇ ਪ੍ਰੋਜੈਕਟਸ ਆਣ ਕੇ ਲੱਗਦਾ ਹੈ ਕਿ ਉਸੇ ਹਿਸਾਬ ਦੇ ਨਾਲ ਐਕਸੈਪਟ ਕਰਨਗੇ? ਪਤਾ ਨਹੀਂ, ਇੱਕ ਤੀਰ ਮਾਰਾਂਗੇ, ਜੇ ਲੱਗ ਗਿਆ ਠੀਕ ਹੈ, ਫਿਰ ਦੂਜਾ ਮਾਰ ਦਾਂਗੇ, ਜੇ ਨਹੀਂ ਲੱਗਾ ਤੀਜਾ ਮਾਰ ਦਾਂਗੇ, ਚੌਥਾ ਮਾਰੇ ਕੋਈ ਤਾਂ ਲੱਗੂਗਾ ਹੀ। ਬਸ ਆਹੀ ਆ, ਉਹੀ ਚੀਜ਼ ਹੈ ਨਾ, ਜੇ ਕਹਿੰਦੇ ਇੱਕ ਨਾ ਅਸੀਂ ਬਚਪਨ ਦੇ ਵਿੱਚ ਛੋਟੇ ਜਦੋਂ ਹੁੰਦੇ ਸੀ ਨਾ, ਇਹ ਬਜਰੀ ਹੱਥ 'ਚ ਫੜ ਲੈਂਦੇ ਸੀਗੇ, ਅਤੇ ਮੈਂ ਮੋਟਰ 'ਤੇ ਬੈਠਾ ਹੋਣਾ ਤਾਂ ਸਾਹਮਣੇ ਦਰਖਤ ਹੋਣਾ ਬਹੁਤ ਦੂਰ, ਹੈ ਨਾ, ਇੱਕ ਬੱਟੀ ਮਾਰਨੀ, ਦੂਜੀ ਮਾਰਨੀ, ਤੀਜੀ ਮਾਰਨੀ, ਲੱਗਣੀ ਨਹੀਂ, ਹੈ ਨਾ। ਅਤੇ ਮੇਰੇ ਖਿਆਲ ਤੁਹਾਡੇ ਨਾਲ ਵੀ ਸਾਰਿਆਂ ਨਾਲ ਹੋਇਆ ਹੋਊਗਾ, ਨਹੀਂ ਲੱਗਦੀ ਬੱਟੀ, ਅਤੇ ਕਿਤੇ ਨਾ ਕਿਤੇ ਜਾ ਕੇ ਪੰਜਵੀਂ ਸੱਤਵੀਂ ਜਦੋਂ ਲੱਗ ਜਾਂਦੀ ਆ, ਫਿਰ ਬੰਦੇ ਦਾ ਹੌਸਲਾ ਖੋਲ ਜਾਂਦਾ, ਉਸ ਤੋਂ ਬਾਅਦ ਬੰਦਾ ਸਾਰਾ ਇਕੱਠੀਆਂ ਮਾਰ ਦਿੰਦਾ, ਚੱਕ ਕੇ ਮੁੱਠ ਭਰ ਕੇ ਮਾਰਦਾ, ਕਿੰਨੀਆਂ ਇਕੱਠੀਆਂ ਲੱਗਦੀਆਂ ਨੇ। ਅਤੇ ਉਹੀ ਕੰਮ ਹੈ, ਤੁਸੀਂ ਹਾਰਡ ਵਰਕ ਕਰਨਾ ਨਾ ਛੱਡੋ, ਤੁਸੀਂ ਫੋਕਸ ਰਹੋ ਆਪਣੇ ਕੰਮ 'ਤੇ, ਅਤੇ ਜੇ ਇੱਕ ਨਹੀਂ ਚੱਲਦਾ, ਦੋ ਨਹੀਂ ਚੱਲਦੇ, ਤਿੰਨ ਨਹੀਂ ਚੱਲਦੇ, ਕੀ ਹੋ ਗਿਆ, ਕਿੱਡੀ ਗੱਲ ਹੈ, ਕਿਤੇ ਗਏ ਥੋੜ੍ਹੀ ਹਾਂ, ਇੱਥੇ ਹੀ ਬੈਠੇ ਹਾਂ। ਅਤੇ ਉਹ ਵਾਲੀ ਬੱਟੀ ਵਾਲੀ ਉਦਾਹਰਨ ਕਿ ਮਤਲਬ ਇੱਕ ਨਹੀਂ ਵੱਜੀ, ਦੋ ਨਹੀਂ ਵੱਜੀ, ਤੀਜੀ ਨਹੀਂ ਵੱਜੀ, ਕਿਤੇ ਤਾਂ ਲੱਗੂਗੀ, ਫਿਰ ਕਿਆ। ਜੇ ਸਿੰਘੇ ਦੇ ਗਾਣੇ ਚੱਲੇ ਨੇ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।